ਸਾਰਿਆਂ ਦਾ ਫਿਰ ਸਵਾਗਤ ਹੈ। ਗਰਮੀ ਨੂੰ ਕਿਵੇਂ, ਗਰਮੀ ਤੋਂ ਬਚੀਏ ਕਿਵੇਂ, ਮਤਲਬ ਇੰਜੋਏ ਵੀ ਕਰੀਏ ਗਰਮੀ, ਬਟ ਉਸ ਤੋਂ ਹੀਟ ਸਟ੍ਰੋਕ ਨਾ ਹੋਏ ਜਾਂ ਗਰਮੀ ਜ਼ਿਆਦਾ ਨਾ ਲੱਗ ਜਾਏ, ਉਸ ਤੋਂ ਕਿਵੇਂ ਬਚੀਏ, ਇਹਦੀ ਗੱਲ ਹੋ ਰਹੀ ਹੈ। ਸੋ ਬੜੀਆਂ ਸਾਰੇ ਸੁਜੈਸ਼ਨਸ ਆ ਰਹੇ ਹਨ, ਤੁਸੀਂ ਵੀ ਆਪਣੀਆਂ ਸੁਜੈਸ਼ਨਸ ਜ਼ਰੂਰ ਦਿਓ ਵੱਡਿਆਂ ਨੂੰ, ਬੱਚਿਆਂ ਨੂੰ ਖਾਸ ਤੌਰ 'ਤੇ ਕਿਸ ਤਰ੍ਹਾਂ ਗਰਮੀ ਤੋਂ ਬਚਣਾ ਚਾਹੀਦਾ। ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਹਰਵਿੰਦਰ ਜੀ, ਮੈਂ ਗੁਰਦੀਪ ਸਿੰਘ ਸੁੰਦਰ ਬੋਲ ਰਿਹਾ ਜੀ, ਉਪਰੋਮਾ ਟਲਸਾ ਸ਼ਹਿਰ ਚੋਂ। ਸਵਾਗਤ ਹੈ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ। ਹਾਂਜੀ, ਸਭ ਤੋਂ ਪਹਿਲਾਂ ਤੇ ਆਪਾਂ ਪਿਛਲੇ ਆਪਣੇ ਦਾਦੇ ਦਾਦੀਆਂ ਦੇ ਉਹਦੇ ਵਿੱਚ ਆਈਏ ਤਾਂ ਜੀ, ਉਹ ਸਾਡੇ ਨਾਲ ਜਦੋਂ ਅਸੀਂ ਬੱਚੇ ਖੇਡਦੇ ਹੁੰਦੇ ਸੀ, ਇੱਕ ਪਿਆਜ਼ ਜ਼ਰੂਰ ਸਾਡੇ ਬੋਝੇ ਵਿੱਚ ਪਾ ਦਿੰਦੇ। ਆਈ ਨੋ, ਮੇਰੇ ਦਾਦਾ ਸੋਹਰਾ ਵੀ ਇਹੀ ਕਰਦੇ ਸੀ, ਮੈਂ ਸ਼ੇਅਰ ਕਰਨ ਹੀ ਵਾਲੀ ਸੀ, ਬਟ ਗੁੱਡ ਦੈਟ ਯੂ ਨੋ। ਅੱਛਾ, ਮੈਂ ਸੋਚਿਆ ਸ਼ਾਇਦ, ਆਈ ਡੋਨਟ ਨੋ ਕਿੰਨੇ ਬੰਦਿਆਂ ਨੂੰ ਇਹ ਪਤਾ ਹੈ, ਉਹ ਕੀ ਹੁੰਦਾ ਸੀ? ਉਹ ਪਿਆਜ਼ ਜਿਹੜਾ ਹੈ ਲੂ ਤੋਂ ਬਚਾਉਂਦਾ ਨਾ, ਇਹਦੇ ਵਿੱਚ ਕੋਈ ਤੱਤ ਐਸਾ ਹੁੰਦਾ ਜਿਹੜਾ ਲੂ ਨਹੀਂ ਲੱਗਦਾ, ਇੱਕ ਪਿਆਜ਼ ਕਾਫੀ ਹੈ। ਸੋ ਉਹ ਐਬਜ਼ੌਰਬ ਕਰ ਲੈਂਦਾ ਜਾਂਦਾ ਖੇਲਣ। ਹਾਂਜੀ, ਉਹਦੇ ਬੋਝੇ ਵਿੱਚ ਜਾਂ ਉਹਦੇ ਬੋਝੇ ਵਿੱਚ ਨਹੀਂ, ਸਰੀਰ ਦੇ ਨਾਲ ਹੋਣਾ ਚਾਹੀਦਾ, ਪੋਕਿਟ ਦੇ ਵਿੱਚ ਇੱਕ ਪਿਆਜ਼ ਜ਼ਰੂਰ ਪਾ ਦਿਓ ਜੀ ਜੀ ਜੀ। ਬਾਕੀ ਉਹਨੂੰ ਪਾਣੀ ਦੇ ਦਿਓ ਜਿਹੜਾ ਵੀ ਜਾਂਦਾ, ਜਾਂ ਜੇ ਉਹਨਾਂ ਨੂੰ ਬੱਚੇ ਦੀ ਹੈ ਤਾਂ ਫਿਰ ਉਹ ਬੱਚੇ ਨੂੰ ਆਪਣੇ ਨੂੰ ਪਾਣੀ ਦੇ ਨਾਲ ਬੋਤਲ ਕਹਿਣ ਵੀ ਰੱਖਣੀ ਹੈ। ਬਹੁਤ ਵਧੀਆ। ਤੇ ਉਸ ਤੋਂ ਬਾਅਦ ਗਰਦਨ ਦੇ ਉੱਪਰ ਜਿਹੜਾ ਕੱਪੜਾ, ਜ਼ਰੂਰ ਹੀਟ ਸਟ੍ਰੋਕ ਹੁੰਦੀ ਹੈ ਮੋਸਟਲੀ ਗਰਦਨ ਦੇ ਉੱਤੇ, ਓਕੇ, ਤੁਹਾਡੇ ਪਿਛਲੇ ਪਾਸੇ। ਇੱਥੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗ ਜਦੋਂ ਖੇਤਾਂ ਵਿੱਚ ਕੰਮ ਕਰਦੇ ਸੀ ਐਨ ਕੜੀ ਧੁੱਪ ਦੇ ਵਿੱਚ, ਹਾਂਜੀ, ਉਹ ਜਿਹੜਾ ਪਰਨਾ ਜਿਹਨੂੰ ਕਹਿੰਦੇ ਆ, ਗਮਛਾ ਕਹਿ ਲਓ, ਉਹ ਇੱਥੇ ਪਿੱਛੇ ਗਰਦਨ ਤੱਕ ਐਨ ਤੱਕਦੇ ਸੀ, ਫਿਰ ਵੀ ਤੇ ਗਰਦਨ, ਬਿਲਕੁਲ ਬਿਲਕੁਲ, ਉਹ ਜ਼ਿਆਦਾ ਮੇਨ ਪੁਆਇੰਟ ਆ ਗਰਮੀ ਲੱਗਣ ਦਾ, ਹੀਟ ਸਟ੍ਰੋਕ ਹੋਣ ਦਾ, ਉਹਨੂੰ ਢੱਕ ਕੇ ਰੱਖਣਾ ਚਾਹੀਦਾ। ਪਾਣੀ ਹੋ ਗਿਆ, ਹਥੋਣਾ ਖਾਓ, ਬਾਕੀ ਜੀਰਾ ਤੇ ਪੁਦੀਨਾ, ਅੱਛਾ ਜੀ, ਇਹਦਾ ਆਪਾਂ ਨੂੰ ਉੱਥੇ ਇੰਡੀਆ ਦੇ ਵਿੱਚ ਇਹਦਾ ਬਣਾਉਂਦੇ ਹੁੰਦੇ ਸੀ ਇੱਕ ਜਲ ਜੀਰਾ ਟਾਈਪ, ਹਾਂਜੀ ਜੀਰਾ ਟਾਈਪ, ਉਹ ਜਿਹੜਾ ਜੀਰਾ ਤੇ ਪੁਦੀਨਾ ਆ, ਇਹ ਪੁਦੀਨਾ ਠੰਡਾ ਰੱਖਦਾ ਹੈ ਸਾਡੇ ਸਰੀਰ, ਜੀ 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 ਜੀ, ਤੇ ਜੀਰਾ ਵੀ ਬਹੁਤ ਵਧੀਆ। ਬਾਕੀ ਇਹ ਸਨ ਬਲੌਕ ਮੈਂ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਮੈਂ ਜ਼ਿੰਦਗੀ ਚ ਕਦੇ ਨਹੀਂ ਲਾਈ। ਅੱਛਾ, ਤੇ ਮੈਂ ਤਕਰੀਬਨ ਦੁਪਹਿਰੇ, ਅੱਜ ਕੱਲ ਕਿੰਨੀ ਗਰਮੀ ਪੈ ਰਹੀ ਆ, ਮੈਂ ਅੱਜ ਤਾਂ ਨਹੀਂ ਗਿਆ, ਮੈਂ ਮੋਸਟਲੀ ਜਿਮ ਜਾਂਦਾ ਆ 3 ਦਿਨ ਹਫ਼ਤੇ ਚ, ਤੇ ਮੈਨੂੰ 1 ਮੀਲ ਤੁਰ ਕੇ ਜਾਣਾ ਪੈਂਦਾ, ਮੈਂ ਦੁਪਹਿਰ ਨੂੰ 12 ਵਜੇ ਜਾਂਦਾ ਤੇ ਮੈਂ ਸ਼ਾਮ ਨੂੰ 5 ਵਜੇ ਜਿਮ ਦੇ ਵਿੱਚੋਂ ਨਿਕਲ ਕੇ ਵਾਪਸ ਆਉਂਦਾ, ਪਰ ਮੈਂ ਕਦੇ ਨਹੀਂ ਲਾਈ। ਮੈਨੂੰ ਕੋਈ ਕਿਹੜੀ ਜਗ੍ਹਾ ਹੈਗੀ ਉਹ, ਤੁਸੀਂ ਕਾਫੀ ਗਰਮੀ ਉੱਥੇ, ਬਹੁਤ ਜ਼ਿਆਦਾ, ਓਕਲਾਹੋਮਾ ਟਲਸਾ ਸ਼ਹਿਰ ਵਿੱਚ। ਵਾਓ, ਸੋ ਯੂ ਵਾਕ ਦੈਟ ਔਰ 12 ਵਜੇ ਸਿਖਰ ਦੁਪਹਿਰ ਚ? ਹਾਂਜੀ, 12 ਵਜੇ ਸਿਖਰ ਦੁਪਹਿਰ ਜਾਣਾ ਮੈਂ, ਤੇ ਬਿਲਕੁਲ ਨਾਲੇ ਤੇ ਵਿਟਾਮਿਨ ਡੀ ਮਿਲਦੇ ਰਹਿੰਦੇ ਆ, ਨਾਲੇ ਮੇਰੀ ਜਿਵੇਂ ਜਿੱਦਾਂ ਤੁਸੀਂ ਕਿਹਾ ਨਾ ਵੀ ਕੋਈ ਜੀਨਸ ਦਾ ਹੁੰਦਾ, ਅਸੀਂ ਬਚਪਨ ਤੋਂ, ਸਾਨੂੰ ਮੈਨੂੰ ਕੋਈ ਫਰਕ ਨਹੀਂ, ਕਦੇ ਮੈਂ ਅੱਜ ਤੱਕ ਕਦੇ ਲੋਸ਼ਨ ਲਾਸ਼ਨ ਨਹੀਂ ਲਾਇਆ, ਔਰ ਮੇਰੀ ਸਕਿਨ ਬਹੁਤ ਪਾਵਰਫੁਲ ਹੈ, ਬਹੁਤ ਜ਼ਿਆਦਾ ਪਾਵਰਫੁਲ। ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ, ਬਹੁਤ ਵਧੀਆ ਟਿਪਸ ਦੇ। ਬਾਕੀ ਕੱਪੜੇ ਲਾਈਟ ਕਲਰ, ਛਤਰੀ, ਇਹ ਸਾਰਾ ਕੁਝ ਹੋ ਗਿਆ, ਹੋਰ ਕੁਝ ਨਹੀਂ। ਹਾਂ ਨਹੀਂ, ਬਹੁਤ ਬਹੁਤ ਵਧੀਆ, ਥੈਂਕ ਯੂ ਸੋ ਮਚ। ਕੁਝ ਹੋਰ ਵੀ ਧਿਆਨ ਆਏ ਜ਼ਰੂਰ ਕਾਲ ਕਰੋ, ਕਿਉਂਕਿ ਖਾਸ ਤੌਰ 'ਤੇ ਇਹ ਜਿਹੜਾ ਗਰਦਨ ਦੇ ਉੱਤੇ ਕੱਪੜਾ ਇੱਕ ਨੈਚੁਰਲੀ ਉਹਨਾਂ ਨੇ ਪਾਇਆ ਹੁੰਦਾ ਸੀ, ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪਹਿਲੇ ਗਰਮੀ ਦੇ ਵਿੱਚ ਕੰਮ ਕਰਦੇ ਸੀ, ਪਰ ਉਹਨਾਂ ਨੇ ਇੱਥੇ ਪਾਇਆ ਹੁੰਦਾ ਸੀ। ਇਟਸ ਆਲਸੋ ਅ ਵੈਰੀ ਗੁੱਡ ਵੇ, ਕਿਉਂਕਿ ਇਹ ਪਲਸ ਪੁਆਇੰਟ ਕਹਿੰਦੇ ਉਹਨੂੰ, ਰਿਸਟ ਦਾ ਅਤੇ ਗਰਦਨ ਦੇ ਪਿੱਛੇ, ਕਿ ਜਦੋਂ ਟੈਂਪਰੇਚਰ ਕਿਸੇ ਦਾ ਹਾਈ ਹੋ ਰਿਹਾ ਹੋਏ, ਸਿੱਧਾ ਠੰਡਾ ਕੱਪੜਾ ਲੈ ਕੇ, ਗਿੱਲਾ ਕੱਪੜਾ ਲੈ ਕੇ ਜਾਂ ਆਈਸ ਵਾਲਾ ਲੈ ਕੇ, ਟੈਂਪਰੇਚਰ ਡਾਊਨ ਕਰਨ ਵਾਸਤੇ ਜਿਹੜਾ 2 ਪੁਆਇੰਟਸ ਹੈਗੇ ਆ, ਉਹ ਰਿਸਟ ਵਾਲੇ ਔਰ ਨੈਕ ਦੇ ਉੱਤੇ ਤੁਸੀਂ ਕੱਪੜਾ ਅਗਰ ਗਿੱਲਾ ਕਰਕੇ ਰੱਖ ਦਿੰਦੇ ਹੋ ਤਾਂ ਬਾਡੀ ਦਾ ਟੈਂਪਰੇਚਰ ਥੱਲੇ ਹੋ ਜਾਂਦਾ ਹੈ। ਸੋ ਦੈਟਸ ਅ ਗੁੱਡ ਵੇ ਟੂ ਕੂਲ ਆਫ ਦ ਬਾਡੀ। ਔਰ ਜਿਵੇਂ ਗੁਰਦੀਪ ਜੀ ਨੇ ਕਿਹਾ ਕਿ ਆਮ ਤੌਰ 'ਤੇ ਹੀ ਉਹ ਜਗ੍ਹਾ ਕਵਰ ਰੱਖਦੇ ਸੀ, ਕਿਉਂਕਿ ਉਹ ਐਬਜ਼ੋਰਬ ਵੀ ਬਾਹਰ ਅਗਰ ਹੈਗੇ ਹੋ ਤੁਸੀਂ ਤਾਂ ਐਬਜ਼ੋਰਬ ਵੀ ਹੀਟ ਉਹ ਪੁਆਇੰਟ ਕਰਦੇ ਨੇ। ਸੋ ਦੈਟਸ ਅ ਰੀਅਲੀ ਗੁੱਡ ਐਗਜ਼ਾਮਪਲ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਕਿਉਂਕਿ ਬੜੇ ਸਾਰੀਆਂ। ਇਹ ਪਿਆਜ਼ ਵਾਲਾ ਜਿਹੜਾ ਗੁਰਦੀਪ ਜੀ ਦੱਸ ਰਹੇ ਨੇ, ਉਹ ਪਿਆਜ਼ ਸੁਣਿਆ ਹੈਗਾ, ਆਈ ਡੋਂਟ ਨੋ ਕਿਸ ਤਰ੍ਹਾਂ ਕੀ ਪ੍ਰੂਵ ਹੋਇਆ, ਬਟ ਉਹ ਛੋਟਾ ਜਿਹਾ ਪਿਆਜ਼ ਦਿੰਦੇ ਹੁੰਦੇ ਸੀ ਜਿਹੜੇ ਮੇਰੇ, ਆਈ ਰਿਮੈਂਬਰ ਮੇਰੇ ਜੇਠ ਯੂ ਨੋ ਇਸ ਤਰ੍ਹਾਂ ਦੀ ਜੋਬ 'ਤੇ ਸੀਗੇ ਬਰਜਰ ਪੇਂਟਸ ਵਿੱਚ, ਜਿਹਦੇ 'ਚ ਉਹ ਡਿਫਰੈਂਟ ਡਿਫਰੈਂਟ ਕਲਾਇੰਟਸ ਨੂੰ ਮਿਲਣ ਜਾਣਾ ਹੁੰਦਾ ਸੀ ਉਹਨਾਂ ਨੇ, ਔਰ ਯੂਜਲੀ ਸਕੂਟਰ ਚੁੱਕਦੇ ਸੀ। ਸੋ ਹੀ ਵੁੱਡ ਸੇ, ਰਿਵਾਜ਼ ਮਾਰ ਕੇ ਕਹਿੰਦੇ ਸੀ ਕਿ ਪਿਆਜ਼ ਜੇਬ 'ਚ ਪਾਇਆ। ਸੋ ਛੋਟਾ ਜਿਹਾ ਪਿਆਜ਼ ਇੱਕ ਜੇਬ 'ਚ ਪਾ ਕੇ, ਕਿ ਉਹ ਜਿਹੜੀ ਹੀਟ ਹੈਗੀ ਹੈ ਉਹ ਐਬਜ਼ੋਰਬ ਕਰ ਲੈਂਦਾ ਅਤੇ ਬਾਡੀ ਨੂੰ ਇੰਨੀ ਫਿਰ ਨਹੀਂ ਲੱਗਦੀ ਲੂ। ਸੋ ਵਿਚ ਇਜ਼ ਅ ਯੂ ਨੋ ਟੋਟਕਾ ਜਿਹਾ ਹੈਗਾ, ਪਰ ਇਟ ਵਰਕਸ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ,
हेलो। हाँ जी सत श्री अकाल। सत श्री अकाल। गर्मी नु हटा रहे हो? बिल्कुल। आई नो कि इंडिया वर्गे गर्मी असि इथे नहीं यू नो फेस करदे, पर फिर भी किथे एसी नहीं ठीक। सुबह ही गल हुई अपनी सिस्टर इन लॉ नाल, कहंदी भैन जी इतनी हुमस है, बारिश हो नहीं रही कि तुसी बाहर निकल नहीं सक रहे, इतनी गर्मी है। बहुत गर्मी पै रही है उत्थे ते। बिल्कुल। चलो अंदर बैठे हैं एयर कंडीशन दे, उसके बावजूद भी देखो मेरा कमरे का पंखा चलता रहता है। हाँ। लो ते रखनी है हमेशा ही। गर्म है। पर सुदर्शन जी कई बंदे जिन्हां नूं जाना ही, असी ते यू नो वी हैव द लग्जरी टू बी इनसाइड, पर जिहड़े बंदे असी अपने परिवार दे होर मेंबर्स हैं जिहड़े कि बाहर जाना ही पैणा है, ते केयरफुल होना चाहिदा है। अगर जरूरत नहीं है, हुण जिस तरह भी मैनूं जरूरत ही नहीं है बाहर जाण दी, ते मैं 12 तों 3 तक मैनूं निकलण दी लोड़ ही नहीं है। अच्छा जी। जां मैं सुबह सुबह अपना काम करावांगी जां मैं शाम नूं करांगी, अवल ते मैनूं जरूरत नहीं है। पर जिहड़े बच्चे जांदे है उन्हां नूं इही कहिदा कि पाणी नाल रखो, पानी पींदे रहो और अपना सिर दे उते हैट पा लो, क्योंकि बच्चे इत्थे पा लैंदे आ कुड़ियां दे, कि हैट पाई रखो सिर दे उते, ताकि सिर नूं तुहाडी गर्मी ना लगे। जी जी। पर मैं यूजुअली आई सजेस्ट करनी है कि कपड़े मैं कॉटन दे रखनी है पूरी समर, चाहे काम थोड़ा ज्यादा हो जांदा मेरे वास्ते क्योंकि आयरन करने पैंदे आ। जी बिल्कुल। मैं कट्ठे कर लैंदी आ धोण दे बाद, ते फिर मैं इक दिन ही अपना आयरन सारे कर लैंदी आ। ठीक है। ते कपड़े मैं कॉटन दे रखनी है पूरी समर। बिल्कुल बिल्कुल। पा नहीं सकदे, इंज लगदा कि स्किन नूं चुभ जाणगे। हां नहीं वो अच्छे भी कहने स्वेट पे जाओ, थोड़ी उम्र बढ़ जाए तो तानू गर्मी लगती भी ज्यादा। हाँ, किसी नूं ठंड ज्यादा लगदी, किसी नूं गर्मी ज्यादा लगदी। सर्दियां सर्दी भी ज्यादा लगदी। मैं अच्छा। मुल्क जान 40 साल तो रह रही हां, पिछले साल मैं सॉक्स पाईयां ने, मैं कदी नहीं सी पांदी। अच्छा। लेकिन हुण ओदा उम्र वध गई ते हुण शरीर दे विच जिहड़ा है खून दी कमी हो गई या व्हाटएवर द रीजन इज, पानी पैंदी हुण सारी सर्दियां मैं पाईयां जुराब पिछले। ठीक है ठीक है। और गर्मियां च ते बिल्कुल मैं निकलदी नहीं हां। अच्छा। बटर मिल्क का अपना ग्लास च पाया, चौथा हिस्सा बाकी दा पानी पाया, भुना हुआ जीरा पाया, काली मिर्च पाई और सेंधा नमक पाया, ओ मैं एक गिलास लस्सी दा पी लैनी आ। ओदे इफेक्ट जिहड़े ने ना कूल बिल्कुल, क्योंकि मैं आई एम टी टेकर, मैं चाह लेनी होंदी है 2-3 वारी तो फिर मेरा कंपनसेट हो जांदा। ठीक है बहुत वधिया। लस्सी जरूर पीनी चाहीदी है, जिहनूं सूट करे जरूर पीए। जी जी। थैंक यू सो मच। लस्सी बड़ी वधिया, और नाल अगर थोड़ा जिहा पुदीना विच पा लो। पुदीना पा लो, पुदीना सब दे घरां च लगा है ना भी पुदीना, ते खाली तुसी पानी दे विच ही पुदीना और हल्का जिहा नींबू निचोड़ के ते बर्फ वाले पानी गिलास च रख दे और पींदे रहो सिप सिप करके, ओदे से इट्स द कूल इफेक्ट। बहुत वधिया। थैंक यू सो मच सुदर्शन जी, रियली एप्रिशिएट। लेट्स सी ए की कह रहे ने। हेलो हेलो अरविंद जी। हां जी सुरजीत जी सत श्री अकाल। क्या करवा प्यार भाई, थोड़े विचार बहुत चंगे है। आज ता नुस्के गर्मी मेनू बहुत लगदी है, मेरे लिए कॉटन दे मलमल दे कपड़े पाए दी है। हां जी। पैर मेरे मचदे है। अच्छा। सिर मेरा दुखदा है ते ब्लड प्रेशर मेरा वधदा जी। हेलो। हां जी हां जी सुन रहे हैं, पर तुसी सानू दसो गर्मी तो बहुत देर बाद मैं हुण मैं ਆਪਦੀ ਰੋਟੀ ਪਕਾ ਕੇ ਖਾਧੀ ਹੈ ਮੂੰਗੀ ਦਾਲ ਹਰੀ ਦੀ ਤੇ ਨਾ ਦਹੀਂ ਖਾਣੀ ਆ ਤੇ ਮੈਨੂੰ ਪਸੀਨਾ ਬਹੁਤ ਆਉਂਦਾ ਤੇ ਮੈਂ ਹੁਣ ਆਪਦੇ ਕੱਲੀ ਘਰੇ ਹਾਂਗੀ। ਤੁਸੀਂ ਦੱਸੋ ਮੇਰਾ ਲਾਣਾ ਹੋਣਾ ਆਪਣੇ ਕੰਮਾਂ ਦਾ। ਗਰਮੀ ਦੇ ਵਿੱਚ ਕਿਹੜੀ ਕਿਹੜੀ ਠੰਡੀ ਠੰਡੀ ਚੀਜ਼ ਪਿਲਾਓਗੇ? ਸਾਨੂੰ ਮੰਗਾਇਆ ਸੀ ਉਹ ਸ਼ੂਗਰ ਵਰਕਰ ਤੇ ਮੈਂ ਬਸ ਇਹੀ ਕਹੂੰਗੀ ਵੀ ਆਪਦੇ ਬੱਚਿਆਂ ਨੂੰ ਨਾ ਚੰਗੀਆਂ ਗੱਲਾਂ ਸਿਖਾਓ, ਤੇ ਜਿਹੜੇ ਸਾਡੇ ਬੱਚੇ ਆ ਅਰਵਿੰਦ ਜੀ ਉਹ ਸਾਡੇ ਮਨ ਦੇ ਸੱਚੇ, ਤੇ ਬੱਚਿਆਂ ਨੂੰ ਚੰਗੀਆਂ ਮਾਵਾਂ ਜਿਹੜੀਆਂ ਹੁੰਦੀਆਂ ਤੇ ਉਹ ਆਪਦੇ ਸੰਭਾਲ ਕੇ ਰੱਖਦੀਆਂ। ਮੈਂ ਇੱਕ ਬਸ ਇਹੀ ਤੁਹਾਨੂੰ ਕਹੂੰਗੀ ਮੈਂ, ਬਾਬੇ ਨਾਨਕ ਦੀ ਬਾਣੀ ਉਹਦੇ ਵਿੱਚ ਸਾਰਾ ਕੁਛ ਹੈ ਵੀ ਹਿੰਮਤ ਨਾ ਹਾਰੋ। ਥੋੜੀ ਥੋੜੀ ਮੈਂ ਗੱਲ ਕਰ ਰਹੀ ਤੇ ਬੱਚਿਆਂ ਨੂੰ, ਬੱਚੇ ਤਾਂ ਮੰਨਦੇ ਸੱਚੇ ਹੁੰਦੇ ਆ ਤੇ ਬੱਚਿਆਂ ਨੂੰ ਵੀ ਚਾਹੀਦਾ ਮਾਂ ਪਿਓ ਦੀ ਸੇਵਾ ਕਰਨੀ, ਮਾਂ ਬੋਲ ਦੀ ਛਾਂ ਦੇ ਰੱਬ ਦੇ ਨਾਂ ਤੇ ਦੇਖੋ ਜਿਹੜਾ ਬਾਬੇ ਨਾਨਕ ਦਾ ਹੈਗਾ ਸਾਨੂੰ ਹਮੇਸ਼ਾ ਦਿੱਤਾ। ਬਹੁਤ ਵਧੀਆ ਸੁਦਰਸ਼ਨ ਜੀ, ਸੁਰਜੀਤ ਜੀ ਥੈਂਕ ਯੂ ਸੋ ਮੱਚ। ਯੂ ਨੋ ਸੁਰਜੀਤ ਜੀ ਹਾਲੇ ਵੀ ਮੇਰੀ ਗੱਲ ਸੁਣ ਰਹੇ ਹੋਣੇ ਆ, ਪਰ ਫੋਨ ਤੇ ਜਦੋਂ ਤੁਸੀਂ ਬੋਲਦੇ ਹੋ ਨਾ ਸੁਰਜੀਤ ਜੀ, ਸਾਡੀ ਇਧਰੋਂ ਵੀ ਗੱਲ ਸੁਣਿਆ ਕਰੋ, ਗੱਲ ਸੁਣ ਕੇ ਫਿਰ ਤੁਸੀਂ ਵੀ ਜਵਾਬ ਦਿਆ ਕਰੋ। ਤੁਸੀਂ ਵੀ ਯੂ ਨੋ ਜੋ ਅਸੀਂ ਕਹਿ ਰਹੇ ਆਮ ਸ਼ੋਰ ਤੁਹਾਡੇ ਕੋਲ ਨਾ ਇਹ ਟੋਟਕੇ ਜਿਹੜੇ ਨੁਸਖੇ ਹੈਗੇ ਆ ਕਿ ਗਰਮੀ ਨੂੰ ਕਿਵੇਂ ਬਚਣਾ ਹੈ, ਜ਼ਰੂਰ ਤੁਹਾਡੇ ਕੋਲ ਹੈਗੇ ਆ।
ਪਰ ਤੁਸੀਂ ਜਿਹੜੀ ਗੱਲ ਕੀਤੀ ਉਹ ਮੇਰੀ ਤੁਸੀਂ ਸੁਣ ਹੀ ਨਹੀਂ ਰਹੇ ਸੀ ਕਿ ਤੁਸੀਂ ਪਲੀਜ਼ ਸੁਰਜੀਤ ਜੀ ਸਾਨੂੰ ਵੀ ਦੱਸੋ ਕੋਈ ਠੰਡੀ ਯੂਨੋ ਲੱਸੀ ਦੀ ਗੱਲ ਜਾਂ ਕੋਈ ਨਿੰਬੂ ਪਾਣੀ ਜਿਹਦੇ 'ਚ ਪੂਦਨਾ ਪਾਇਆ ਜਿਵੇਂ ਸੁਦਰਸ਼ਨ ਜੀ ਨੇ ਦੱਸਿਆ ਸੋ ਜ਼ਰੂਰ ਸੁਣਿਆ ਕਰੋ ਅੱਜ ਵਾਸਤੇ ਅਤੇ ਤੁਸੀਂ ਆਪਣੀ ਗੱਲ ਕੀਤੀ ਔਰ ਅੱਛਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਰਿਆਂ ਨੂੰ ਪਰ ਅੱਗੇ ਤੋਂ ਜ਼ਰੂਰ ਮੇਰੀ ਵੀ ਗੱਲ ਸੁਣ ਕੇ ਫਿਰ ਜਵਾਬ ਦਿਆ ਕਰੋ ਠੀਕ ਹੈ ਸੋ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ ਤੁਸੀਂ ਸਾਰੇ ਜ਼ਰੂਰ ਦੱਸੋ ਕਿ ਗਰਮੀ ਤੋਂ ਕਿਵੇਂ ਬਚਣਾ ਚਾਹੀਦਾ